ਕੁਰਬਾਨ ਬਾਲੇ ਨੇ ਤੇ ਦੱਸਿਆ ਨਹੀਂ 200 ਡਾਲਰ ਜਗਰਾਜ ਸਿੰਘ ਨੇ ਕਹਿੰਦੇ ਮੇਰੇ ਵੱਲੋਂ ਹੋਣਗੇ ਆ ਮੇਰੀ ਸਹ ਆ ਚੱਲ ਜਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲਾ ਕੇ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲਾ ਕਹਿੰਦੇ 200 ਘਰ ਦੇ ਰਾਜੂ ਦੀ ਹਰੇਕ ਕਬੱਡੀ ਦੇ ਲਈ ਜੇ ਜਾਫੀ ਜਫਾ ਲਾ ਕੇ ਜਾਫੀ ਦਾ ਨਹੀਂ ਤਾਂ ਰਾਜੂ ਦਾ ਪਰ ਇੱਧਰ 75 ਮੈਦਾਨ ਦੇ ਵਿੱਚ ਆ ਦੂਸਰੇ ਪਾਸੇ ਜਲਾਲਪੁਰੀਆ ਫੜਦਾ ਗੁੱਟ ਹੱਥ ਪੈਂਦੇ ਹੋਏ ਹੱਥ ਕਰਾਰੇ ਬੈਰਾ ਬੈਰਾ ਹੁੰਦੀ ਹੋਈ ਜ਼ਖਮੀ ਸ਼ੇਰ ਦੀ ਤਰ੍ਹਾਂ ਆਖਰੀ ਸਰਜਰੀ ਹੋਣ ਤੋਂ ਬਾਅਦ ਵੀ ਡੈਲਸ ਦੇ ਵਿੱਚ ਆ ਵੱਡਾ ਪ੍ਰਦਰਸ਼ਨ ਵੱਡੀ ਖੇਡ ਕਬੱਡੀ ਮੈਦਾਨ ਦੇ ਵਿੱਚ ਬੈਰਾ ਬੈਰਾ ਹੁੰਦੀ ਹੋਈ ਨਹਿਰੀ ਸਾ ਕਮਾਲ ਹੁੰਦੀ ਹੋਈ ਨੇ ਖਿਡਾਰੀ ਉਹ ਦਰਸ਼ਕ ਵੀਰੋ ਜੇ ਮੈਂ ਦਾ ਸਵਾਲ ਆ ਰਿਹਾ ਤਾੜੀ ਮਾਰ ਦਿਓ ਜ਼ੋਰ ਨਾਲ ਕਰੀ ਆਪਣੇ ਸ਼ਹਿਰ ਦਾ ਇਹ ਨੌਜਵਾਨ ਹੈ ਇਸ ਸਮੇਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਦੀਪਾ ਚਾਰ ਜਾਫੀ ਹੈ ਕੌਣ ਕਰਦਾ ਟਰਾਈ ਰੱਖਣ ਦੀ ਟੱਕਣ ਦੀ ਗੱਲ ਸਮੇਂ ਦੀ ਹੈ ਪਈ ਹੋਈ ਦੀਪੇ ਦੀ ਕਬੱਡੀ ਦੇ ਜਲਾਲਪੁਰੀਆ ਪਾਲਾ ਕਿ ਸੋਹਣ ਸਿੰਘ ਸਿੱਧੂ ਦਾ ਪੁੱਤਰ ਪਾਉਂਦਾ ਹੱਥ ਕਰਾਰੇ ਹੁਣ ਦੇਖਣਾ ਵੀ ਹੱਥ ਕਰਾਰੇ ਹੈ ਜਾਂ ਫਿਰ ਪੁਆਇੰਟ ਕਿਹਦੇ ਹਿੱਸੇ ਜੁੜਦਾ ਹੈ ਲਓ ਗੱਲ ਸਮੇਂ ਦੀ ਹੈ ਤੇ ਪੁਆਇੰਟ ਮੇਰੇ ਵੀਰੋ ਹੁਣ ਦੇਖਦੇ ਹਾਂ ਵੀ ਕਿਹਦੇ ਹਿੱਸੇ ਜੁੜਦਾ ਹੈ ਕਬੱਡੀ 30 ਸਕਿੰਟਾਂ ਦੀ ਹੈ ਕਿ ਜੰਮਿਆ ਘਰ ਬਾਪੂ ਸੋਹਣ ਸਿੰਘ ਦੇ ਉੱਚਾ ਲੰਮਾ ਕੱਦ ਵੱਧ 6 ਫੁੱਟ ਤੋਂ ਹੱਦਿਆਂ ਤੇ ਜਾ ਕੇ ਮੂਹਰੇ ਹੋ ਕੇ ਘੇਰਦਾ ਗੱਭਰੂ ਮਨਾਉਂਦਾ ਨਹੀਂ ਉਹ ਕੱਲੇ ਗੁੱਟ ਤੋਂ ਕੀਤੀ ਹੋਈ ਮਿਹਨਤ ਨੂੰ ਫੜ ਲੱਗਿਆ ਹੋ ਗਈਆਂ ਨੇ ਕਾਲੇ ਸਭ ਰੀਝਾਂ ਪੂਰੀਆਂ ਗੱਭਰੂ ਦੇ ਪਿੰਡੇ ਚੋਂ ਪੰਜਾਬ ਦਿਖਦਾ ਹੈ ਕੱਲਾ ਕੱਲਾ ਵੱਟਦਾ ਮਸਲ ਘੋਰੀਆਂ ਗੱਭਰੂ ਦੇ ਪਿੰਡੇ ਚੋਂ ਪੰਜਾਬ ਦਿਖਣ ਵਾਲੀ ਗੱਲ ਹੈ ਲਓ ਅਗਲੀ ਕਬੱਡੀ ਗਗਨ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਗਗਨ ਨਾਗਰਾ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਵਾਧਾ ਹੋਇਆ ਚਾਰ ਜਾਫੀ ਨੇ ਨਿਊਯਾਰਕ ਮੈਟਰੋ ਦੀ ਟੀਮ ਦੇ ਫਿਰ ਕਿਹੜਾ ਜਫਾ ਲਾਵੇਗਾ ਮੰਨਿਆ ਪਰ ਮੰਨਿਆ ਕਬੱਡੀ ਖਿਡਾਰੀ ਲਾ ਹੁੰਦੀ ਹੋਈ ਕਮਾਲ ਅੱਗੇ ਵੱਧ ਕੇ ਕੀਤਾ ਗਿਆ ਹਮਲਾ ਇਸ ਖਿਡਾਰੀ ਦਾ ਅਟੈਕ ਕੀਤਾ ਗਿਆ ਫਿਰ ਜਲਾਲਪੁਰੀ ਆ ਹੱਟਾ ਕਰਨ ਦੀ ਕੋਸ਼ਿਸ਼ ਕਰਦਾ ਰੱਖਦਾ ਧੌਣ ਦੇ ਹੱਥ ਹਿੱਸਾ ਕਮਾਲ ਹੁੰਦੀ ਹੋਈ ਭਰੀ ਜਾ ਰਹੀ ਬਗਲ ਹੰਦੇ ਦੂਰ ਕੇ ਲਾਗੇ ਹੁਣ ਸਮੇਂ ਨੇ ਫੈਸਲਾ ਕਰਨਾ ਹੈ ਨਹੀਂ ਰੀਸਾ ਕਿ ਫੜੇ ਜਲਾਲਪੁਰੀਏ ਪਾਲੇ ਦੇ ਵਿਰਲੇ ਹੀ ਨੇ ਮੁੜਦੇ ਜੱਟ ਹਾਥੀ ਦੇ ਗੁੱਗੂ ਗਿੱਲ ਇਹ ਤਿੰਨੋਂ ਝੂਮ ਝੂਮ ਕੇ ਤੁਰਦੇ ਜਸਕਰਨ ਸਿੰਘ ਸੰਘੇੜਾ ਮੇਰੇ ਵੀਰੋ ਕਿ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੈਂ ਦੇਸ਼ ਕੌਮ ਤੋਂ ਸੱਤ ਵਾਰੇ ਸੱਤ ਵਾਰ ਕੇ ਕਹਿੰਦੇ ਭਾਣਾ ਮਿੱਠਾ ਲੱਗੇ ਤੇਰਾ ਆ ਸਰਵੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਇਹ ਆ ਜਲਾਲਪੁਰੀ ਆ ਪਾਲਾ ਹੈ ਸੋਹਣ ਸਿੰਘ ਸਿੱਧੂ ਦਾ ਪੁੱਤਰ ਪਾਉਂਦਾ ਹੱਥ ਕਰਾਰੇ ਜੱਫਾ ਪਾਲੇ ਦਾ ਦਿਨੇ ਦਿਖਾਉਂਦਾ ਤਾਰੇ ਜੱਫਾ ਪਾਲੇ ਦਾ ਇਹ ਆ ਸਰਦਾਰ ਸੋਹਣ ਸਿੰਘ ਸਿੱਧੂ ਦਾ ਪੁੱਤਰ ਲਾ ਕੇ ਜੱਫਾ ਪੁਆਇੰਟ ਆਪਣੀ ਟੀਮ ਦੇ ਸੇ ਜੋੜ ਗਏ।